ਉਸ ਤੋਂ ਬਾਅਦ ਇਹ ਦੁਪਹਿਰ ਦੀ ਇਬਾਦਤ ਜਿਸ ਦਾ ਸਮਾਂ ਦੇ ਵਿੱਚ ਤੁਸੀਂ ਬੈਠੇ, ਇਸ ਇਬਾਦਤ ਤੋਂ ਬਾਅਦ ਬਪਤਿਸਮਿਆਂ ਦੇ ਲਈ ਤੁਹਾਨੂੰ ਖੁਦਾ ਨੇ ਵਕਤ ਬਪਤਿਸਮਾ ਲੈਣ ਦਾ ਖੁਦਾ ਨੇ ਦਿੱਤਾ ਹੈ, ਕਿਉਂਕਿ ਬਪਤਿਸਮੇ ਦੇ ਬਾਰੇ ਕੱਲ੍ਹ ਵੀ ਦੱਸਿਆ ਗਿਆ ਸੀ, ਅੱਜ ਵੀ ਅਸੀਂ ਬਪਤਿਸਮੇ ਦੇ ਬਾਰੇ ਕੁਛ ਕੁਛ ਗੱਲਾਂ ਬਾਈਬਲ ਦੇ ਵਿੱਚੋਂ ਸਿੱਖਣੀਆਂ ਨੇ। ਕੱਲ੍ਹ ਦੁਪਹਿਰ ਦੇ ਵਕਤ ਜੋ ਅਸੀਂ ਕਲਾਮ ਸੁਣੇ, ਜੋ ਖੁਦਾ ਦੇ ਬਚਨਾਂ ਨੂੰ ਅਸਾਂ ਸੁਣਿਆ, ਉਸ ਦੇ ਵਿੱਚ ਕੁਛ ਪ੍ਰਕਾਸ਼, ਜੋ ਗਿਆਨ ਦੀਆਂ ਗੱਲਾਂ, ਉਹ ਵੀ ਤੁਸੀਂ ਸੁਣੀਆਂ ਕਿ ਅਦਨ ਦੇ ਬਾਗ ਦੇ ਵਿੱਚ ਇਸ ਸੂਰਜ ਦੀ ਹਾਜ਼ਤ ਨਹੀਂ ਸੀ, ਚੰਦਰਮਾ ਕੀ ਵੀ ਜ਼ਰੂਰਤ ਨਹੀਂ ਸੀ, ਸਿਤਾਰੋਂ ਕੀ ਵੀ ਜ਼ਰੂਰਤ ਨਹੀਂ ਸੀ। ਮੇਰੀ ਦੁਆ ਹੈ ਤੁਹਾਡੇ ਸਪਨਾਂ ਦੇ ਲਈ, ਕਿਉਂਕਿ ਅਸੀਂ ਖੁਦਾ ਦੇ ਕਲਾਮ ਦੇ ਭੇਤਾਂ ਦੇ ਭੰਡਾਰੀ ਹੁੰਦੇ ਹਾਂ, ਕਿਉਂ ਇਸ ਵਾਸਤੇ ਕਿ ਸਾਡੇ ਕੋਲ ਉਸ ਦਾ ਪ੍ਰਕਾਸ਼ ਬਹੁਤ ਤਾਇਤ ਦੇ ਨਾਲ, ਬੜੀ ਕਸਰਤ ਦੇ ਨਾਲ ਇਹ ਕਲਾਮ ਸਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ। ਕੱਲ੍ਹ ਦੇ ਕਲਾਮ ਦੇ ਵਿੱਚ, ਕਿਉਂਕਿ ਇਜਾਜ਼ਤ ਸੀ ਡੈਡੀ ਜੀ ਉਹਨਾਂ ਦੀ 2 ਵਜੇ ਵਚਨ ਸ਼ੁਰੂ ਕਰਨਾ, 3 ਵਜੇ ਵਚਨ ਨੂੰ ਸਮਾਪਤ ਕਰਨਾ, ਮੁਕਾਉਣਾ ਨਹੀਂ, ਇਹਨੂੰ ਤਾਂ ਕੋਈ ਮੁਕਾ ਨਹੀਂ ਸਕਿਆ, ਕਿਉਂਕਿ ਰੱਬ ਖੁਦਾਵੰਦ ਦਿਖਾਈ ਨਹੀਂ ਦਿੱਤਾ, ਖੁਦਾ ਅਬ ਤੱਕ, ਖੁਦਾ ਹਮੇਸ਼ਾ ਤੱਕ ਖੁਦਾ ਹੈ, ਅਤੇ ਖੁਦਾ ਦਾ ਕਲਾਮ ਵੀ ਇਹ ਸਮਾਪਤ ਨਹੀਂ ਹੋ ਸਕਦਾ ਔਰ ਇਸ ਨੂੰ ਮੁਕਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਪਿਛਲੇ ਸਾਲ ਵਿੱਚ ਸੌਂ ਕੁਰਬਾਨੀਆਂ ਜਿਹੜੀਆਂ ਸੁਣੀਆਂ, ਅਤੇ ਤੁਹਾਨੂੰ ਇਸ ਕਨਵੈਨਸ਼ਨ ਵਿੱਚ ਸੁਣ ਦੇ ਵਿੱਚ ਖੁਦਾ ਨੇ ਬਹੁਤ ਅੱਛੀ ਔਰ ਮਿਠਾਸ ਔਰ ਰਾਗ ਦੇ ਵਿੱਚ ਤੁਸੀਂ ਖੁਦਾ ਦੇ ਭਜਨਾਂ ਨੂੰ ਸੁਣ ਰਹੇ ਹੋ। ਇਸ ਵਾਸਤੇ ਕਿ ਉਹਨਾਂ ਦੀ ਇਜਾਜ਼ਤ ਸੀ ਕਿ 3 ਵਜੇ ਮੀਟਿੰਗ ਸਮਾਪਤ ਕਰਨੀ,
ਅੱਜ ਦੀ ਰਾਏ ਟਾਈਮ 3 ਵਜੇ ਹੀ ਸਮਾਪਤ ਹੋਵੇਗੀ। ਉਸ ਤੋਂ ਬਾਅਦ ਅਗਰ ਦੇ ਬਾਗ ਦੇ ਵਿੱਚ ਆਦਮ ਔਰ ਹਵਾ ਜਦੋਂ ਖੁਦਾਵੰਦ ਠੰਡੇ ਵਕਤ ਆਦਮ ਨੂੰ ਮਿਲਣ ਦੇ ਲਈ ਅਗਨ ਦੇ ਬਾਗ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨੇ ਕੇ ਲਈ ਖੁਦਾ ਆਤਾ ਥਾ ਸਵਾਲ ਤੋਂ ਨਹੀਂ ਮੈਂ ਕਹੂੰਗਾ ਲੇਕਿਨ ਸਮਝਣੇ ਕੇ ਲਈ ਜ਼ਰੂਰ ਇੱਕ ਗੱਲ ਮੈਂ ਤੁਹਾਨੂੰ ਦੱਸਾਂਗਾ ਔਰ ਤੁਸੀਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਖੁਦਾਵੰਦ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕਰਦਾ ਸੀ ਅਗਨ ਦੇ ਬਾਗ ਦੀ ਮੈਂ ਗੱਲ ਕਰ ਰਿਹਾ ਕਿ ਖੁਦਾ ਉਹਨਾਂ ਨੂੰ ਜਗਾਉਣ ਵਾਸਤੇ ਆਉਂਦਾ ਸੀ ਕਿਉਂਕਿ ਇਹ ਫਸਟ ਟਾਈਮ ਤੁਸੀਂ ਸੁਣਨਾ। ਬੋਲੋ ਆਦਮ ਅਤੇ ਹਵਾ ਜਿੰਨੀ ਦੇਰ ਤੱਕ ਅਗਨ ਦੇ ਬਾਗ ਨੇ ਰਹੇ ਉਹਨਾਂ ਨੂੰ ਉੱਥੇ ਨੀਂਦ ਨਹੀਂ ਆਈ। ਕੀ ਨਹੀਂ ਆਈ? ਨੀਂਦ ਨਹੀਂ ਆਈ ਕਿਉਂਕਿ ਉਹ ਜ਼ਮੀਨ ਦੇ ਉੱਪਰ ਨਹੀਂ ਸਨ। ਜਿਹੜੇ ਜ਼ਮੀਨ ਦੇ ਉੱਪਰ ਹਨ ਉਹਨਾਂ ਨੂੰ ਨੀਂਦ ਆਉਂਦੀ ਹੈ। ਜਿਹੜੇ ਅਗਨ ਦੇ ਬਾਗ ਖੁਦਾ ਦੇ ਜਲਾਲ ਵਿੱਚ ਰਹਿੰਦੇ ਨੇ ਉੱਥੇ ਨੀਂਦ ਦੀ ਜ਼ਰੂਰਤ ਨਹੀਂ। ਜਿੱਥੇ ਏਲੀਆ ਔਰ ਹਨੂਕ ਹੈ ਉੱਥੇ ਵੀ ਨੀਂਦ ਦੀ ਜ਼ਰੂਰਤ ਨਹੀਂ। ਦੂਸਰੀ ਗੱਲ ਉਹਨਾਂ ਦੀ ਉਮਰ ਕਦੋਂ ਸ਼ੁਰੂ ਹੋਈ? ਆਦਮ ਔਰ ਹਵਾ ਕਿਉਂਕਿ ਦੋਨੋਂ ਵੀ ਏਕ ਰੂਪ ਥਾ। ਮਲਾਕੀ ਦੀ ਕਿਤਾਬ ਉਹਨੇ ਲਿਖਾ ਹੋਇਆ ਹੈ ਇਹਨਾਂ ਦੀ ਉਮਰ ਅਗਨ ਤੋਂ ਸ਼ੁਰੂ ਨਹੀਂ ਹੋਈ। ਇਹਨਾਂ ਦੀ ਉਮਰ ਦੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਅਗਨ ਦੇ ਵਿੱਚੋਂ ਉਹਨਾਂ ਨੂੰ ਕੱਢ ਦਿੱਤਾ। ਕਦੋਂ ਸ਼ੁਰੂ ਹੋਏ? ਕਿਉਂਕਿ ਉਮਰ ਦਾ ਲੇਖਾ ਜੋਖਾ ਧਰਤੀ ਉੱਤੇ ਹੈ, ਉਮਰ ਦਾ ਹਿਸਾਬ ਅਗਨ ਦੇ ਬਾਗ ਚ ਨਹੀਂ। ਕੱਲ੍ਹ ਜਿਹੜੀ ਅਸੀਂ ਗੱਲ ਸੁਣੀ ਸੀ ਅਗਰ ਪੀਸਫੁੱਲ ਏਰੀਆ ਅਗਰ ਖੁਸ਼ੀ ਦੀ ਜਗ੍ਹਾ ਔਰ ਅਗਨ ਦੇ ਵਿੱਚ ਸਜਾਵਾਂ ਮੁਕਰਰ ਹੋਈਆਂ। ਲੂਸੀਫਰ ਦੀ ਸਜ਼ਾ ਵੀ ਉੱਪਰ ਹੀ ਉਸ ਨੂੰ ਉੱਪਰ
ऊपर से नीचे जमीन पर गिरा दिया गया, उसकी सजा भी ऊपरों ही शुरू हुई। सजा देने तो बाद उन्होंने अगन चो कढ दिता, जिस जमीन को उन्होंने लैके रचिया और खुदावंद ने उस जमीन उत्ते की कर दिता, रख दिता। उस तो बाद फिर यीशु मसीह दे विच खतावां ते कसूर, खतावां ते कसूर यीशु मसीह दे विच मुआफ हुंदे ने। यीशु दे विच सजावां नहीं मिलदियां, यीशु मसीह दे विच माफी मिलदी है। उस तो बाद खुदा ने अगन के बाग दे विच उन्होंने कहा, जिस दिन फल खाओगे तुसी मर जाओगे और जरूर मरोगे। अगन चो कढ़िया जाना एक मौत है। जमीन उत्ते रख दिता, 230 साल तक जिंदा रहा। उस तो बाद जिहड़े खुदा दी नजात मुक्ति उधार पाए हुए लोग ने, उन्होंने कोल इन्ना लम्मा एडा वड्डा जीवन है। बाइबल दे विच लिखिया, देखो खुदा ने दुनिया से ऐसी मुहब्बत रखी कि उसने अपना अकलौता बेटा बख्श दिया। जितने उस पर ईमान लाएंगे वो मरेंगे नहीं, हलाक नहीं होंगे, उनके पास हमेशा का जीवन होगा। यूहन्ना की अंजील उसका 5 अध्याय अभी पढ़ने का नहीं सुनने का, 5 अध्याय उसका 24 वचन, 5 बाप की 24 आयत के लिए मैं नहीं पढ़ना। उसके विच लिखिया था कि यीशु मसीह ने कहा, जेड़ा मेरे भेजन वाले उत्ते विश्वास करता, हालेलुया, और उस कलाम को कबूल करता है, उसी के पास हमेशा की जिंदगी है, हालेलुया, उसके कोल हमेशा का जीवन है। सो ये कल वक्त ठीक 3 बजे इबादत समाप्त हुई। ये कुछ गल्लां जिहड़ियां कल मैं नहीं दस सकिया, और इबादत तो बाद खुदा ने इहदे होर नवे प्रकाश दिए, क्योंकि जिस विश्वासी के कोल बाइबल है वो अपनी बाइबल हाथ च फड़ के उच्ची करे। जिस विश्वासी के कोल बाइबल है, जो एवरी संडे हर ऐतवार अपनी बाइबल लैके आते हैं, जिन्हां के कोल अपनी बाइबल है, और मैं उन्होंने लिए एक संदेश देना चाहना,
ਉਹਨਾਂ ਦੇ ਵਾਸਤੇ ਇੱਕ ਮੈਂ ਮੈਸੇਜ ਤੁਹਾਨੂੰ ਦੇਣਾ ਚਾਹੁੰਦਾ। ਬਾਈਬਲ ਖੁਦਾ ਕਾ ਕਲਾਮ ਹੈ, ਕਿਉਂਕਿ ਇਸ ਦੇ ਜਿਹੜੇ ਚੈਪਟਰ ਨੇ ਜਿਹੜੇ ਸੰਡੇ ਸਕੂਲ ਦੇ ਬੱਚੇ ਨੇ ਇਹ ਵੀ ਧਿਆਨ ਨਾਲ ਸੁਣੋ, ਜਿਹੜੇ ਇਸ ਦੇ ਚੈਪਟਰ ਨੇ ਅਧਿਆਇ ਬਾਬ ਹੈ ਉਤਪਤੀ ਸੇ ਲੇਕਰ ਮੁਕਾਸ਼ਫਾ ਕੀ ਕਿਤਾਬ ਤੱਕ 1185 ਚੈਪਟਰ ਨੇ, 1185 ਇਸਦੇ ਅਧਿਆਇ ਨੇ, ਇੱਕ ਸਾਲ ਮੈਂ 365 ਦਿਨ ਹੈ, 365 ਦਿਨ ਨੇ ਇੱਕ ਸਾਲ ਦੇ ਵਿੱਚ, 1185 ਨੂੰ ਤਕਸੀਮ ਕਰਨਾ ਤੁਸੀਂ 365 ਦੇ ਨਾਲ, 3 ਚੈਪਟਰ ਔਰ 1 ਹਾਫ ਚੈਪਟਰ, 3.5 ਅਧਿਆਇ, 3.5 ਚੈਪਟਰ ਅੱਜ ਜਿਹਨੇ ਵੀ ਇਸ ਕਲਾਮ ਨੂੰ ਸਮਝਣ ਦੇ, ਦੁਨੀਆਂ ਦੀਆਂ ਗੱਲਾਂ ਮੈਂ ਰੋਜ਼ ਸੁਣਦਾ, ਉੱਚੀ ਬੋਲੋ, ਉੱਚੀ ਬੋਲਣਾ, ਚੁਗਲੀਆਂ ਵੀ ਬੜੀਆਂ ਸੁਣਦਾ ਹਾਂ, ਹਟਣਾ ਨਹੀਂ। ਉਸ ਤੋਂ ਬਾਅਦ ਹੋਰ ਦਿਨ ਵਿੱਚ ਮੈਂ ਕਿੰਨਾ ਬੋਲਦਾ, ਕਿੰਨੇ ਲੋਕਾਂ ਨਾਲ ਗੱਲ ਕਰਨਾ, ਕਿੰਨੇ ਲੋਕਾਂ ਨਾਲ ਸੈੱਲ ਫੋਨ ਦੇ ਉੱਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਮੈਂ ਜਵਾਬ ਦਿੰਦਾ ਹਾਂ। ਇਹ ਜਿਹੜਾ ਸਬਕ ਸ਼ੁਰੂ ਹੋਵੇਗਾ ਉਸ ਨੂੰ ਤੁਸੀਂ ਸਮਝਣਾ। 1185 ਬਾਪ, 1185 ਚੈਪਟਰ ਇੱਕ ਸਾਲ ਦੇ ਵਿੱਚ ਕੰਪਲੀਟ ਕਰਨੇ ਨੇ। 1982 ਨੇ 1982 ਦੇ ਵਿੱਚ ਖਿਦਮਤ ਦੇ ਵਿੱਚ, ਸੇਵਾ ਦੇ ਵਿੱਚ ਖੁਦਾ ਨੇ ਜਦੋਂ ਮੈਨੂੰ ਇਸ ਸੇਵਕਾਈ ਦੇ ਲਈ, ਸਿੱਖਣ ਦੇ ਲਈ, ਅੱਜ ਵੀ ਨਹੀਂ ਮੈਂ ਸਿਖਾ ਰਿਹਾ, ਤੁਹਾਡੇ ਨਾਲ ਨਾਲ ਖੁਦਾ ਮੈਨੂੰ ਵੀ ਸਿਖਾ ਰਿਹਾ, ਉਹ ਸਿਖਾਉਂਦਾ ਆਪਣੇ ਮੁਕੱਦਸ ਲੋਕਾਂ ਦੇ ਵਿੱਚ, ਉਹ ਤੁਹਾਡੀ ਉੱਨਤੀ ਔਰ ਤਰੱਕੀ ਉਹ ਮੁਕੱਦਸ ਲੋਕਾਂ ਦੇ ਵਿੱਚ ਹੁੰਦੀ ਹੈ। ਅਤੇ ਮੈਂ ਜ਼ਰੂਰ ਇਹ ਮੈਸੇਜ ਤੁਹਾਨੂੰ ਦੇ ਰਿਹਾ, ਜਿਨ੍ਹਾਂ ਦੇ ਕੋਲ ਬਾਈਬਲ ਹੈ, ਬਾਈਬਲ ਘਰ ਵਿੱਚ ਇਸ ਵਾਸਤੇ ਨਹੀਂ ਰੱਖੀ ਜਾਂਦੀ ਕਿ ਬਾਈਬਲ ਘਰ 'ਚ ਹੋਵੇ ਤਾਂ ਡਰ ਨਹੀਂ ਲੱਗਦਾ, ਬਾਈਬਲ ਘਰ ਵਿੱਚ ਹੋਵੇ ਤਾਂ ਗਵਾ ਨਹੀਂ ਹੁੰਦਾ, ਬਾਈਬਲ ਘਰ ਵਿੱਚ ਹੋਵੇ ਬੁਰੇ ਖਾਬ ਨਹੀਂ ਆਉਂਦੇ, ਬਾਈਬਲ ਘਰ ਵਿੱਚ ਹੋਵੇ ਤਾਂ ਸਿਰ ਪੀੜ ਨਹੀਂ ਹੁੰਦੀ। ਬਾਈਬਲ ਨੂੰ ਕਿਸ ਵਾਸਤੇ ਅਸਾਂ ਖਰੀਦਿਆ? ਜਿਸ ਬੱਚੇ ਨੇ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਆ ਉਹਨੂੰ ਕਿਤਾਬਾਂ ਦੀ ਜ਼ਰੂਰਤ ਹੈ। ਕਿਉਂ ਜ਼ਰੂਰਤ ਹੈ? ਜਿਸ ਵਿਸ਼ਵਾਸੀ ਨੇ ਤੋਬਾ ਕਰਕੇ ਬਪਤਿਸਮਾ ਲੈ ਕੇ ਪਾਕ ਰੂਹ ਪਾ ਕੇ, ਉਸ ਨੂੰ ਜ਼ਰੂਰੀ ਨਹੀਂ
ये नहायत ही जरूरी है कि उसने रोज बाइबल पढ़नी चाहिए। एक आदमी उस रात के टाइम दबा हुंदा सी, जिस खादम दे कोल संगत करदा सी उन्हें कहा अगर अज दबा होवेगा ना ते रात के टाइम जब बिस्तर के उत्ते तू सौना ते लेटना अपनी बाइबल को अपनी छाती के उत्ते रख के सौना। जदों वो रात के टाइम उसने बाइबल इस बाइबल का वेट काटा जिहड़ी ओल्ड पंजाबी की बाइबल पहले आंदी सी उहदी जिल्द हुंदी सी, फिर उसनू कवर दे विच रखिया जांदा सी, उहदा होर भी वजन वध जांदा सी। जदों रात नूं बाइबल रख के सौ गया खुदा दे खादम ने पुछया कि अज ते नहीं दबा होया, कहिंदा अज सगों बहुता होया। तो कहिंदा बहुता क्यों होया? बहुता इस करके होया कि बाइबल का भी भार ते बुरे आत्मा का भी। बाइबल इस वास्ते नहीं कि रात नूं तकिए दे थले रख के सौना, वचन तुहानूं उहो ही बचावेगा जिहड़ा कलाम तुहाडे दिल विच होवेगा, जिहड़ा तुहाडे हिरदे दे विच होवेगा। बाइबल क्यों जरूर पढ़नी है? इक इक पढ़न वास्ते खरीदी है, इस नूं रखण दे वास्ते नहीं खरीदिया। और मैं चाहूंगा हाँ कि एक साल विच जेडे विश्वासी इस बाइबल नूं कंप्लीट करनगे, क्योंकि जो मैं सेवा दे विच आया मैं बाइबल पढ़न दा तरीका दसदा इदां करके हाथ विच फड़नी, जिथों खुल गई कहना अज मरकुस दी अंजील खुदा ने दित्ती है ਇਹਦਾ ਜਿਹੜਾ ਚੈਪਟਰ ਉੱਪਰ ਹੈ ਉਹਨੂੰ ਪੜ੍ਹਨਾ। ਕੁਛ ਲੋਕ ਇਸ ਤਰੀਕੇ ਨਾਲ ਪੜ੍ਹਦੇ, ਕੁਝ ਲੋਕ ਇਸ ਨੂੰ ਘਰੋਂ ਚੱਲਣ ਲੱਗਿਆ ਕਹਿੰਦੇ ਪੜ੍ਹ ਕੇ ਜਾਣਾ ਚਾਹੀਦਾ, ਉਹ ਵੀ ਬਾਇਬਲ ਖੋਲ੍ਹਦੇ ਨੇ ਇੱਕ ਵਰਸ ਪੜ੍ਹਦੇ ਨੇ ਅਤੇ ਕੰਮ 'ਤੇ ਚਲੇ ਜਾਂਦੇ ਨੇ। ਚੌਵੀਆਂ ਘੰਟਿਆਂ ਦੇ ਵਿੱਚ ਤੁਹਾਡੇ ਵਾਸਤੇ ਤੁਹਾਡੇ ਜਿਹੜਾ ਵਕਤ ਦਾ ਦਾਨ ਆ 24 ਘੰਟਿਆਂ ਦੇ ਵਿੱਚ, ਔਰ ਉਹਦਾ ਜਿੰਨਾ ਸਮਾਂ ਬਣਦਾ 24 ਘੰਟਿਆਂ ਦੇ ਵਿੱਚ ਉਹਦੇ ਵਿੱਚ ਤੁਸੀਂ ਬਾਈਬਲ ਵੀ ਪੜ੍ਹਨੀ ਹੈ, ਉਹਦੇ ਵਿੱਚ ਤੁਸੀਂ ਰੋਜ਼ ਬਿਨ ਨਾਗਾ ਦੁਆ ਵੀ ਕਰਨੀ ਹੈ। ਹਾਲੇਲੂਯਾ। ਅੱਜ ਕਿੰਨੇ ਵਿਸ਼ਵਾਸੀ ਹਨ ਜਿਹੜੇ ਬਾਈਬਲ ਰੋਜ਼ ਪੜ੍ਹਨਗੇ? ਹੱਥਾਂ 'ਤੇ ਨਹੀਂ ਖੜਾ ਕਰਨਾ। ਫਿਰ ਮੈਂ ਅੱਜ ਤੋਂ 4 ਸਾਲ ਪਹਿਲੇ ਬਾਈਬਲ ਨੂੰ ਪ੍ਰਕਾਸ਼ ਦੀ ਕਿਤਾਬ ਤੋਂ ਲੈ ਕੇ ਔਰ ਪ੍ਰਕਾਸ਼ ਦੀ ਪੋਥੀ ਤੱਕ ਮੈਨੂੰ ਖੁਦਾ ਨੇ ਇਹ ਬਰਕਤ ਦਿੱਤੀ। ਇਹ 5ਵਾਂ ਸਾਲ ਜਾ ਰਿਹਾ
ਅੱਜ ਵੀ ਮੈਂ ਸੁਬਾਹ ਉੱਠ ਕੇ ਪਹਿਲੇ ਆਪਣੀ ਬਾਈਬਲ ਨੂੰ ਪੜ੍ਹਿਆ। ਹਾਲੇਲੂਇਆ। ਔਰ ਯਸ਼ਾਇਆ 42 ਔਰ 43 41 ਵਾਰ ਪੜ੍ਹਿਆ। ਫਿਰ ਇਹ ਪੰਜਵਾਂ ਸਾਲ ਜਾ ਰਿਹਾ ਜਿਸ ਦਿਨ ਤੋਂ 5 ਸਾਲ ਤੋਂ ਮੈਂ ਕੰਟੀਨਿਊਸ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਹੈ, ਖੁਦਾ ਨੇ ਛੁਪੇ ਭੇਦ ਮੇਰੇ ਉੱਤੇ ਪ੍ਰਗਟ ਕੀਤੇ ਜਿਹਨਾਂ ਨੂੰ ਮੈਂ ਨਹੀਂ ਸੀ ਜਾਣਦਾ, ਜਿਹਨਾਂ ਬਾਰੇ ਮੈਂ ਨਹੀਂ ਸੀ ਜਾਣਦਾ। ਇਹ ਖੁਦਾ ਨੇ ਸੁਬਹਾ ਸੁਬਹਾ ਦੱਸਿਆ ਆਦਮ ਅਤੇ ਹਵਾ ਨੂੰ ਅਗਨ ਦੇ ਵਿੱਚ ਨੀਂਦ ਦੀ ਜ਼ਰੂਰਤ ਨਹੀਂ। ਉਹਨਾਂ ਦੀ ਉਮਰ ਦੇ ਦਿਨ ਕਦੋਂ ਸ਼ੁਰੂ ਹੋਏ? ਜਦੋਂ ਅਗਨ ਵਿੱਚੋਂ ਕੱਢ ਦਿੱਤਾ। ਇਸ ਵਾਸਤੇ ਅਜ਼ੀਜ਼ੋ ਹੁਣ ਉਹਨਾਂ ਦੇ ਲਈ ਸ਼ੁਕਰਗੁਜ਼ਾਰੀ ਕੀਤੀ ਜਾਏਗੀ। ਅੱਜ 13 ਅਪ੍ਰੈਲ ਹੈ ਔਰ ਤੁਸੀਂ ਜ਼ਰੂਰ ਗਵਾਹੀ ਦੇਵੋਗੇ ਅਗਲੇ ਸਾਲ 25 ਈਅਰ 25 ਸਾਲ ਦੇ ਵਿੱਚ ਕਿ ਮੈਂ 12 ਅਪ੍ਰੈਲ ਨੂੰ ਆਪਣੀ ਬਾਈਬਲ ਨੂੰ ਕੰਪਲੀਟ ਕੀਤਾ ਹੈ। ਉਹ ਹੱਥ ਪਕਾਓ, ਉਹਨਾਂ ਦੀ ਸ਼ੁਕਰਗੁਜ਼ਾਰੀ ਕੀਤੀ ਜਾਏਗੀ ਜਿੰਨੇ ਡੇਲੀ ਬਾਈਬਲ ਪੜ੍ਹਨਗੇ ਸਭ ਲੋਕ ਇਹਨਾਂ ਦੇ ਵਾਸਤੇ। ਤੁਸੀਂ ਵੀ ਆਪਣੇ ਵਾਸਤੇ ਜ਼ੋਰ ਦੇ ਨਾਲ ਤਾਰੀਫ ਕਰੀ। ਹੁਣ ਅਸੀਂ ਪੜ੍ਹਾਂਗੇ ਮਰਕਸ ਦੀ ਅੰਜੀਲ, ਉਸਦਾ 16 ਅਧਿਆਇ, ਉਸਦਾ 16 ਬਾਬ ਔਰ ਉਸਦੀ 1 ਆਇਤ ਤੋਂ ਜਲਦੀ ਦੇ ਨਾਲ ਪੜ੍ਹਨਾ। ਮਰਕਸ ਦੀ ਅੰਜੀਲ 16 ਬਾਬ ਉਹਦੀ 1 ਆਇਤ। ਇੱਕ ਮਿੰਟ ਸੁਣੋ, ਸਾਡੇ ਪੰਜਾਬੀ ਵਾਲੇ ਭੈਣ ਜੀ ਕਿੱਥੇ ਨੇ? ਤੁਸੀਂ ਮੈਨੂੰ ਜਿਹਨੂੰ ਮੈਂ ਕਹਾਂਗਾ ਉਹ ਬਾਈਬਲ ਪੜ੍ਹਨਗੇ, ਪੜ੍ਹੀਏ। ਬਾਈਬਲ ਦੇ ਵਿੱਚ ਲਿਖਿਆ ਗਾ ਇਹਨਾਂ ਭੈਣਾਂ ਨੇ ਖੁਸ਼ਬੂਆਂ ਲਈਆਂ ਯਿਸੂ ਦੀ ਡੈਡ ਬਾਡੀ ਦੇ ਉੱਤੇ ਮਰਨ ਵਾਸਤੇ, ਕਿਉਂਕਿ ਜੋ ਯਿਸੂ ਮਸੀਹ ਦੇ ਵਿੱਚ ਖੁਸ਼ਬੂਆਂ ਨੇ ਉਹ ਹੋਰ ਹਨ, ਉਹਦੇ ਉੱਪਰ ਮਰਨ ਵਾਲੀਆਂ ਖੁਸ਼ਬੂਆਂ ਹੋਰ ਨੇ। ਜਦੋਂ ਇਹ ਚੱਲਣ ਲੱਗੀਆਂ, ਇਹ ਤੁਰਨ ਲੱਗੀਆਂ, ਉਰਦੂ ਦੇ ਵਿੱਚ ਪੜ੍ਹੀਏ, ਜਬ ਸਬਤ ਕਾ ਦਿਨ ਗੁਜ਼ਰ ਗਿਆ ਤੋ ਮਰੀਮ ਮਗਦਲੀ ਦੀ ਔਰ ਯਾਕੂਬ ਕੀ ਮਾਂ ਮਰੀਮ ਔਰ ਸਲੋਮੀ ਨੇ ਖੁਸ਼ਬੂਦਾਰ ਚੀਜ਼ੇ ਮੋਲ ਲੀ ਤਾਂ ਕਿ ਆਕਰ ਉਸ ਪਰ ਮਰੇ। ਉਹ ਹਫ਼ਤੇ ਕੇ ਪਹਿਲੇ ਦਿਨ ਬਹੁਤ ਸਵੇਰੇ
उन्होंने फिक्र की, उन्होंने चिंता की, लेकिन फिक्र जरूर की है, फिक्र जरूर की है कि हमारे लिए पत्थर को कौन हटाएगा। ये फिक्र की थी उन्होंने, साडे वास्ते पत्थर कौन लांबे परे करेगा, लेकिन फिक्र की है बैठिया नहीं, वो कबर वाले जा रही ने, वो चल रही ने। फिक्र बहुत बातों की होती है, बड़िया गलों की चिंता होती है इंसान, बहुत सारिया गलों की उसनों फिक्र उसनों चिंता होती है। ये जी चिंता ते फिक्र होती है, कई अपने जीवन के विच गरीबी की चिंता, बहुत ऐसे लोग ने जिनके बदन में रोग है उनको इस बीमारी की चिंता है, बड़े लोग हैं जिनों को बहुत गहरा गम है उनको भी चिंता है, उनको भी फिक्र है। बहुत लोग ऐसे हैं जिन्हों के जीवन के विच उन्हां दी मुराद, उन्हां दी आस, उन्हां दी खुशी अज तक पूरी नहीं होई। सुबह उठदे चिंता दे विच उठदे, सारा दिन चलदे ने, काम करदे ने, फिर भी चिंता, जदों घर विच वापस आउंदे ने फिर भी उन्हां नूं चिंता है, बहुत प्रकार की चिंता है, बहुत तरह की फिक्र है। गुरबत की भी फिक्र है, गरीबी की भी फिक्र है, कईयों के ऊपर बहुत बदन है, उनके ऊपर बहुत सा कर्जा है, उनको भी ये चिंता सताती है। फिक्र सोने नहीं देती, चिंता रखने वाले लोग वो आराम से नहीं सोते, क्योंकि चिंता ही इतनी बढ़ गई है, फिक्र इतनी बढ़ गई है। खुदा का नबी अब्राहम, खुदा का दास अब्राहम, उसको भी चिंता है। उसके बाद बड़ी इसराइल कौम को भी चिंता है, उसके बाद बहुत सारी चिंता है। मरियम प्रभु यीशु मसीह के पास बैठकर वो खुदा का कलाम सुनती है, लेकिन मार्था बहुत बातों की चिंता कर रही है। उसके बाद मटके में एक मुट्ठी आटा है, इस बात की भी चिंता है। लाल समुंदर की चिंता है, जो कुछ खुदावन्द मुझे आप लोगों के लिए अपना कलाम देता है वो
आज आपकी सारी चिंता को अपने ऊपर लेने वाला है। पढ़ेंगे पदार्थ की किताब पढ़ते हैं उसका चैप्टर नंबर और 15 अध्याय 15 भाग उसकी 2, 3, और 4 अष्टक पढ़ेगी पहले। पंजाबी च पढ़ी अपरंत अब्राहम ने आख्या हे यहोवा प्रभु तू मैनु की देवेगा चिंता सताए खुदा का कलाम भी आपके पास पहुंच जाता है। ये अब्राहम भी फिक्र कर रहा है जो 12 बाप के बीच तुरिया घर छड़िया बाप को छड़िया मापे छड़ देते सारे रिश्तेदार छड़ देते फिर ये नबी अब्राहम फिर भी फिक्र कर रहा है फिर भी चिंता कर रहा है तू मुझे क्या देगा क्योंकि मैं बेऔलाद हूं। इसको भी इस बात की फिक्र है। आप रात को सुना कलाम जो तुसी सुन रहे सी और खुदा के संता ने कहा निश्चा कर लो बेऔलाद वाले खुदा ने तुम्हें औलाद दे दी है तू मुझे क्या देगा। फिर बाइबल के विच लिखा था जदों खुदा ने दिता किन उची बोलो उची बोलिए खुदा ने दिता दे दिया खुदा ने जब दिया तो खुदा ने साथ साथ उसको उस बच्चे का नाम भी दे दिया है। उसके बाद एक गवाही है मैं दसांगा जरूर पता नहीं किन्नी दूर बैठे होंगे साढ़े में फतेहगढ़ शुकरचंद वीर के नाल पिंड है सरिंदर जी और वो बेऔलाद 15 साल तो ਮੈਨੂੰ ਕਹਿਣ ਲੱਗੇ ਕਿ ਦੁਆ ਕਰਨੀ ਹੈ ਤੁਸੀਂ ਅਸੀਂ ਬੱਚਾ ਗੋਦ ਲੈਣਾ। ਮੈਂ ਕਿਹਾ ਮੈਂ ਬੱਚਾ ਗੋਦ ਲੈਣ ਵਾਲੀ ਦੁਆ ਨਹੀਂ ਕਰਦਾ ਮੈਂ ਤੁਹਾਡੇ ਲਈ ਇਹ ਦੁਆ ਕਰਾਂਗਾ ਤੁਹਾਡਾ ਬੱਚਾ ਤੁਹਾਡੀ ਗੋਦ ਵਿੱਚ ਹੋਵੇ। ਇਸ ਟਾਈਮ ਉਹ ਲੜਕੀ 6 ਮਹੀਨੇ ਦੀ ਹੈ। ਸਾਡੇ ਇੱਕ ਅਜ਼ੀਜ਼ ਮੋਤੀ ਸ਼ਾਹ ਔਰ ਗਦਾਲਾ ਪਿੰਡ
10 ਸਾਲ ਸੰਗਤ ਕਰ ਰਹੇ ਸੀ। 10 ਸਾਲ ਤੋਂ ਇੱਕ ਦਿਨ ਵੀ ਉਹਨਾਂ ਨੇ ਸਵਾਲ ਨਹੀਂ ਕੀਤਾ ਕਿ ਅਸੀਂ ਬੱਚੇ ਵਾਸਤੇ ਆ ਰਹੇ ਹਾਂ। ਔਰ 22 ਸਾਲ ਹੋ ਗਏ ਸੀ ਸ਼ਾਦੀ ਨੂੰ, ਔਰ ਖੁਦਾ ਨੇ 22 ਸਾਲ ਦੇ ਬਾਅਦ ਉਹਨਾਂ ਨੂੰ ਬੇਟੀ ਦਾ ਇਨਾਮ ਦਿੱਤਾ। ਔਰ ਕਰੀਬ 9 ਸਾਲ ਦੀਆਂ ਟਰੈਕਟਰ ਵੀ ਚਲਾ ਲੈਂਦੇ ਆ, ਸੰਗਤ ਵਿੱਚ ਹੀ ਨੇ। ਕੱਲ ਖੜੇ ਸੀ ਉਹਨਾਂ ਦੇ ਮੰਮੀ ਦੇ, ਫਿਕਰ ਤੁਸੀਂ ਫਿਕਰ ਕਰੋਗੇ ਤੇ ਆਪਣੀ ਫਿਕਰ ਕਰਕੇ ਕੁਛ ਨਹੀਂ ਕਰ ਸਕਦੇ। ਅੱਜ ਖੁਦਾ ਤੁਹਾਡੀ ਫਿਕਰ ਕਰ ਰਿਹਾ ਹੈ, ਅੱਜ ਪ੍ਰਭੂ ਯਿਸੂ ਮਸੀਹ ਤੁਹਾਡੀ ਫਿਕਰ ਕਰ ਰਿਹਾ ਹੈ। ਉਸ ਤੋਂ ਬਾਅਦ ਕੁਛ ਹਵਾਲੇ ਨੇ, ਕੁਛ ਆਇਤ ਵਰਸਸ ਇਹਨਾਂ ਨੂੰ ਪਹਿਲੇ ਪੜ੍ਹ ਲਵਾਂਗੇ, ਕਿਉਂਕਿ ਮੇਰੇ ਪਾਸ ਟਾਈਮ ਵੀ ਬਾਕੀ 17 ਮਿੰਟ ਨੇ। ਔਰ ਮੈਂ ਚਾਹੁੰਦਾ ਹਾਂ ਕਿ ਜਿੱਥੋਂ ਤੱਕ ਇਸ ਸਬਕ ਮੈਂ ਇਸ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ। ਇਸ ਦੇ ਨਾਲ ਪੜ੍ਹਾਂਗੇ, ਪਹਿਲੇ ਸੁਣਨਾ ਜਦੋਂ ਖੁਦਾ ਨੇ ਇਸਹਾਕ ਦੇ ਦਿੱਤਾ, ਇਸਹਾਕ ਖੁਦਾ ਨੇ ਦੇ ਦਿੱਤਾ, ਦੇਣ ਤੋਂ ਬਾਅਦ ਚੈਪਟਰ 22 ਵਰਸ ਫਸਟ 22 ਅਧਿਆਇ 22 ਬਾਪ ਤੁਸੀਂ ਸੁਣੋ, ਜਦੋਂ ਮੈਂ ਜ਼ਰੂਰਤ ਹੋਏਗੀ ਮੈਂ ਪੜ੍ਹਾਵਾਂਗਾ। ਫਿਰ ਉਹਦੇ ਵਿੱਚ ਲਿਖਿਆ ਖੁਦਾ ਨੇ ਆਵਾਜ਼ ਦਿੱਤੀ, ਆਏ ਅਬਰਾਹਮ, ਅਬਰਾਹਮ ਨੇ ਕਿਹਾ ਕਿ ਮੈਂ ਹਾਜ਼ਰ ਹੂੰ। ਅੱਜ ਵੀ ਤੁਸੀਂ ਹਾਜ਼ਰ ਜੀ ਕਿਸੇ ਇਨਸਾਨ ਦੇ ਸਾਹਮਣੇ ਨਹੀਂ, ਕਿਉਂਕਿ ਇਬਰਾਨੀਓਂ ਕੀ ਪਤਨੀ ਮੈਂ, ਪੌਲਸ ਰਸੂਲ ਕੀ ਪਤਨੀ ਮੈਂ, ਇਬਰਾਨੀਓਂ ਮੈਂ ਉਸਦਾ 4 ਬਾਪ ਉਹਦੀ 16 ਦੇ ਵਿੱਚ ਲਿਖਿਆ, ਬਸ ਆਓ ਹਮ ਖੁਦਾ ਦੇ ਫਜ਼ਲ ਦੇ ਤਖਤ ਦੇ ਪਾਸ ਚਲੇ, ਵੋ ਫਜ਼ਲ ਹਾਸਲ ਕਰੇ ਜੋ ਮੁਸ਼ਕਲ ਕੇ ਸਮੇਂ ਹਮਾਰੀ ਮਦਦ ਕਰੇ। ਅੱਜ ਵੀ ਤੁਹਾਡੀਆਂ ਚਿੰਤਾ ਤੇ ਤੁਹਾਡੀਆਂ ਫਿਕਰਾਂ ਦਾ ਜਵਾਬ, ਤੁਹਾਡੀ ਫਿਕਰ ਨੂੰ ਤੁਹਾਡੇ ਕੋਲ ਲੈਣ ਵਾਸਤੇ ਖੁਦਾ ਤੁਹਾਡੇ ਵਿੱਚ, ਮੇਰੇ ਵਿੱਚ, ਸਪਨਾਂ ਦੇ ਵਿੱਚ ਤਖਤੇ ਨਸ਼ੀਨ ਹੈ। ਉਸ ਤੋਂ ਬਾਅਦ ਅਬਰਾਹਮ ਕੋ ਦੇ ਦਿਆ, ਅਬਰਾਹਮ ਨੇ ਬੋਲਾ, ਖੁਦਾ ਨੇ ਬੋਲਾ, ਅਬਰਾਹਮ ਉਸਨੇ ਕਿਹਾ ਮੈਂ ਹਾਜ਼ਰ ਹੂੰ। ਤੋ ਖੁਦਾ ਨੇ ਬੋਲਾ, ਜਿਸਕੋ ਤੂੰ ਪਿਆਰ ਕਰਤਾ ਹੈ ਉਸਕੋ ਮੇਰੇ ਲਈ ਕੁਰਬਾਨ ਕਰਨਾ ਹੈ। ਬੋਲੋ, ਜਬ ਹੀ ਇਸਹਾਕ ਉਸਕੇ ਪਾਸ ਨਹੀਂ ਥਾ, ਬੋਲੀਏ, ਖੁਦਾ ਨੇ ਕੁਛ ਨਹੀਂ ਮੰਗਿਆ, ਖੁਦਾ ਦੇ ਕੇ ਮੰਗਦਾ ਹੈ। ਖੁਦਾ ਕਦੋਂ ਮੰਗਦਾ? ਉੱਚੀ ਬੋਲੋ, ਬੋਲੋ, ਹਮਾਰੇ ਪਾਸ ਸਭ ਕੁਛ ਹੈ, ਖੁਦਾ ਤੂੰ ਜਬ ਵੀ ਚਾਹੇ ਮੰਗ ਲੈ। ਹਾਲੇਲੂਇਆ। ਉਹਦੇ ਬਾਅਦ ਸੁਣੋ, ਪਹਿਲਾ ਸਾਮੂਅਲ 2 ਦੀ 8 ਵਿੱਚ ਲਿਖਿਆ ਨਾ, ਵੋ ਗਰੀਬ ਕੋ ਖਾਕ ਮੇ ਸੇ ਉਠਾਤਾ ਹੈ ਔਰ ਖੁਦਾ ਉਸਕੋ ਇੱਜ਼ਤ ਦਾ
लोगों में बैठाता है। धन दौलत सात आयत में लिखा है, इंसान अपनी अकल के नाल जमा नहीं करता। उसके विच ये नहीं लिखा था अगर खुदा दिंदा तो खुदा लै भी लेता है, इंसान अपनी अकल के नाल इसको जमा नहीं करता। फिर लिखा था कहौता की किताब 10:22 विच यहोवा की बरकत खुदा की बरकत गरीब को दौलतमंद बनाती है और खुदा की दी हुई बरकत के साथ दुख नहीं मिलता। इसका जवाब अमार की किताब प्रेरितों के काम में उसका 3:19 लिखा था, क्योंकि तौबा करो मुड़ो तुम्हारे गुनाह मिटाए जान परमेश्वर के हजूर तुम्हारे उत्ते सुख दे देगा। दौलत भी खुदा की बख्शिश है। बोलो खुदा के लोगों के पास बहुत धन होना चाहिए, उनके पास बड़ी प्राप्ति होना चाहिए, उनके पास दुनिया की हर एक चीज होनी चाहिए, क्योंकि कुछ कुछ लोग इस बात को नहीं समझते, बोलते खुदा के खादमों के पास नहीं होना चाहिए, पर पहले खुदा अपने नबी को देता है और नबी फिर आप लोगों के लिए दुआ करता है कि उनके पास भी इतना हो, इतना हो। मलाकी कहता इतना हो आपके पास आसमान के खुदा दरोखे खोल कर आप लोगों के ऊपर बरकतों की बारिश करे, इतनी बारिश करे कि आपके घर में रखने के लिए जगह नहीं हो। हालेलुया। बोलो दौलत भी खुदा वालों मिलती है, बोलिए। क्योंकि जो इंसान खुदा से अकल बुद्ध मांगता है, खुदा उसको साथ साथ, जो खुदा से बुद्ध मांगते हैं अकल मांगते हैं, खुदा इस अकल को मांगने वालों को उसके साथ इनाम भी दौलत दे देता है, उन्हें खुदा ने बरकत दे देता है। इस वास्ते सुनो, खुदा ने दिता फिर खुदा ने लिया। दामा अब्राहम के पास इसहाक नहीं था, खुदा ने नहीं मांगा। खुदा पहले आपको देता है, आपकी गुर्बत को दूर करता है, खुदा आपके कर्जे को उतार देता है, खुदा आपके गम को अपने बेटे यीशु मसीह के ऊपर रख देता है, ताकि आप इस दुनिया में, क्योंकि बाइबल में लिखा वो राजा का राजे के खजाने जो मेरे ख्याल खाली होते जिन्होंने परिवार उन्हें राजा बनाया, तो राजा के खजाने कभी खाली नहीं हुए, उन्होंने खजाने की होते पर
ਮੈਂ ਬਿਆਨ ਨਹੀਂ ਕਰ ਸਕਦਾ, ਟਾਈਮ ਥੋੜ੍ਹਾ ਘੱਟ ਰਿਹਾ, ਮੈਂ ਇਹ ਜ਼ਰੂਰ ਦੱਸਾਂਗਾ। ਮੈਂ ਇੰਨੀ ਜਗ੍ਹਾ ਤੋਂ ਮੈਨੂੰ ਪੈਸੇ ਲੱਭਦੇ ਨੇ, ਕਿਸੇ ਦੇ ਡਿੱਗੇ ਹੋਏ ਨਹੀਂ ਲੱਭਦੇ, ਖੁਦਾ ਦੇ ਦਿੱਤੇ ਹੋਏ ਮੈਨੂੰ ਮਿਲਦੇ ਨੇ। ਕਈ ਵਾਰੀ ਕੱਪੜਿਆਂ ਦੇ ਵਿੱਚ ਵੀ ਬਾਜ਼ਾਰ ਵੀ ਪੈਸੇ ਚਲੇ ਜਾਂਦੇ ਨੇ, ਪ੍ਰੈਸ ਰੂਮ ਵਾਸਤੇ ਉਹ ਫਿਰ ਪੈਸੇ ਵਾਪਸ ਆ ਜਾਂਦੇ ਨੇ। ਬਾਈਬਲ ਦੇ ਵਿੱਚ ਇੱਕ ਦਿਨ 4,500 ਰੁਪਇਆ ਨਿਕਲਿਆ, ਮੈਂ ਨਾਲ ਲੜਕਿਆਂ ਨੂੰ ਪੁੱਛਿਆ, ਮੈਂ ਕਿਹਾ ਮੈਂ ਤਾਂ ਵੀ ਰੱਖੇ ਨਹੀਂ, ਇਹ ਪੈਸੇ ਕਿੱਥੋਂ ਆਏ? ਬੜੀ ਐਸੀ ਜਗ੍ਹਾ 'ਤੇ ਪੈਸੇ ਖੁਦਾ ਨੇ ਦਿੱਤੇ ਹੈ। ਬੋਲੋ, ਜਿਤਨੇ ਲੋਕ ਉਸਦੇ ਧਰਮ ਉਹਦੇ ਰਾਜ ਦੀ ਤਲਾਸ਼ ਕਰਦੇ ਨੇ, ਉਹ ਪੈਸਾ ਲੱਭਣ ਨਹੀਂ ਜਾਂਦੇ, ਉਹਨਾਂ ਦੇ ਮਗਰ ਮਗਰ ਦੌਲਤ ਆਉਂਦੀਆਂ। ਪੈਸਾ ਉਹਨਾਂ ਨੂੰ ਲੱਭਦਾ ਹੈ, ਦੌਲਤ। ਤੁਸੀਂ ਦਿਲ ਦਾ ਦਰਵਾਜ਼ਾ ਖੋਲ ਕੇ ਰੱਖੋ, ਯਿਸੂ ਵੀ ਆਏਗਾ, ਯਿਸੂ ਦੇ ਸਾਥ ਬੜੀ ਬਰਕਤ ਵੀ ਆਏਗੀ। ਇਸ ਵਾਸਤੇ ਖੁਦਾ ਨੇ ਦਿੱਤਾ, ਖੁਦਾ ਨੇ ਮੰਗਿਆ, ਖੁਦਾ ਪਹਿਲੇ ਦਿੰਦਾ ਹੈ ਫਿਰ ਖੁਦਾ ਮੰਗਦਾ ਹੈ, ਜਿਸਕੇ ਪਾਸ ਨਹੀਂ ਹੁੰਦਾ ਖੁਦਾ ਪਹਿਲੇ ਉਸਕੋ ਦੇਤਾ ਹੈ, ਖੁਦਾ ਉਸਕੋ ਇਤਨਾ ਦਲੇਰ ਕਰ ਦਿੰਦਾ, ਉਹ ਦੇਣੇ ਵਾਲਾ ਬਣ ਜਾਂਦਾ। ਉਸ ਤੋਂ ਬਾਅਦ ਸੁਣੀਏ, ਫਿਰ ਬਾਈਬਲ ਦੇ ਵਿੱਚ ਲਿਖਿਆ ਦਾ ਖੁਦਾ ਦੇ ਕਲਾਮ ਦੇ ਵਿੱਚ ਜਲਦੀ ਨਾਲ ਪੜ੍ਹਾਂਗੇ, ਕੂਚ ਦੀ ਕਿਤਾਬ ਨਿਰਗਮਨ ਸੈਕਿੰਡ ਬੁੱਕ ਬਾਈਬਲ ਦੀ, ਔਰ ਉਸਦਾ 14 ਅਧਿਆਇ ਪੜ੍ਹਾਂਗੇ, ਔਰ ਉਸਦਾ 12, 13, 14 ਵਚਨ ਪੰਜਾਬੀ 'ਚ ਪੜ੍ਹਦੀ ਉੱਚੀ ਵਾਲੀ। ਫਿਕਰ ਇੰਨੀ ਵੱਧ ਗਈ, ਅੱਗੇ ਸਮੁੰਦਰ ਹੈ ਪਿੱਛੇ ਫੌਜਾਂ ਨੇ, ਕਹਿੰਦੇ ਸੀ ਮੈਨੂੰ ਕਿਹਾ ਸੀ ਕਿ ਸਾਨੂੰ ਮਿਸਰ ਵਿੱਚ ਰਹਿਣ ਦੇ, ਕਿਉਂਕਿ ਮਿਸਰੀਆਂ ਦੀ ਗੁਲਾਮੀ ਚੰਗੀ ਹੈ, ਕਿਉਂਕਿ ਉੱਥੇ ਦਫ਼ਨ ਹੋਣ ਵਾਸਤੇ ਕਬਰਾਂ ਹੈ ਨਹੀਂ, ਪਰ ਤੂੰ ਸਾਨੂੰ ਐਸੀ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ, ਐਸੀ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ, ਕਿਉਂਕਿ ਉਹਨਾਂ ਦੀ ਜਿਹੜੀ ਫਿਕਰ ਸੀ ਉਹ ਵੱਧਦੀ ਜਾ ਰਹੀ ਸੀ, ਫਿਕਰ ਉਹਨਾਂ ਦੀ ਵੱਧਦੀ ਜਾ ਰਹੀ ਸੀ। ਜਦੋਂ ਖੁਦਾ ਦੇ ਬੰਦੇ ਨੇ ਕਿਹਾ ਫਿਕਰ ਨਾ ਕਰੋ, ਨਾ ਡਰੋ, ਨਾ ਘਾਬਰੋ, ਤੁਸੀਂ ਚੁੱਪ ਹੋ ਜਾਓ, ਅੱਜ ਖੁਦਾ ਤੁਹਾਡੇ ਲਈ ਇਸ ਸਮੁੰਦਰ ਦੇ ਵਿੱਚ ਵੀ ਰਾਹ ਬਣਾ ਦੇਵੇਗਾ। ਉਸ ਤੋਂ ਬਾਅਦ ਸਮਾਂ ਥੋੜ੍ਹਾ ਹੁੰਦਾ ਹੋਇਆ ਇਹਦਾ ਪੜ੍ਹੀਏ, ਯਹੋਸ਼ੂਆ ਦੀ ਕਿਤਾਬ ਪੜ੍ਹਦੇ ਹਾਂ, ਉਹਦਾ 3rd ਬਾਬ, ਉਸ ਦੀ ਅਸੀਂ ਵਰਸ ਪੜ੍ਹਦੇ ਹਾਂ, 3rd ਬਾਬ ਦੀ 1st ਆਇਤ ਤੋਂ ਸ਼ੁਰੂ ਕਰਨਾ। ਇਹਦੇ ਵਿੱਚ ਕੁਝ ਚੰਦ ਗੱਲਾਂ ਨੇ ਜਿਹਨਾਂ ਨੂੰ ਅਸੀਂ ਸਮਝਣਾ ਪੜ੍ਹੀਏ। ਕਿਸੇ ਕੇ ਪਾਸ ਮੈਂ ਕਿਹਾ ਤੋਂ ਨੀਚੇ ਜੋ ਬਾਈਬਲ ਪੜ੍ਹ ਕੇ ਵੀ ਦੇਣਾ ਚਾਹੀਏ, ਪੜ੍ਹੀਏ ਸਿਸਟਰ। ਜਾਂਦੇ ਨੇ ਤਾਂ ਸੰਦੂਕ ਚੁੱਕਿਆ ਹੋਇਆ ਵੇਖੋ, ਤਾਂ ਤੁਸੀਂ ਆਪਣੇ
ਬਾਈਬਲ ਦੇ ਵਿੱਚ ਲਿਖਿਆ ਸੁਣੀਏ, ਯਹੋਸ਼ੂਆ ਨੇ ਸਮੁੰਦਰ ਜਦੋਂ ਪਾਰ ਕੀਤਾ ਇਸਰਾਇਲੀਆਂ ਨੇ, ਹੁਣ ਉਹਨਾਂ ਦੀ ਵਾਰੀ ਆ ਜਰਦਨ ਦਰਿਆ ਨੂੰ ਪਾਰ ਕਰਨਾ, ਮੂਸਾ ਦੇ ਵਕਤ ਦੀ ਗੱਲ, ਹੁਣ ਯਹੋਸ਼ੂਆ ਦੇ ਵਕਤ ਦੀ ਗੱਲ। ਜਿਵੇਂ ਜਿਵੇਂ ਇਸਰਾਇਲ ਲੋਕ ਔਰ ਸਮੁੰਦਰ ਪਾਰ ਕਰਨ ਤੋਂ ਬਾਅਦ, ਜਦੋਂ ਉਹਨਾਂ ਨੇ ਸਮੁੰਦਰ ਪਾਰ ਕਰ ਲਿਆ ਫਿਰ ਜਰਦਨ ਪਾਰ ਕਰਨਾ, ਅਤੇ ਜਰਦਨ ਜਦੋਂ ਪਾਰ ਕਰਨਾ ਅਤੇ ਯਹੋਸ਼ੂਆ ਨੇ ਯਾਜਕਾਂ ਨੂੰ ਕਿਹਾ, ਤੁਸੀਂ ਮੰਡਲੀ ਤੋਂ ਪਹਿਲੇ ਜਾਣਾ ਹੋ ਔਰ ਇਹ ਤਾਂ ਸੰਦੂਕ ਉਠਾ ਕੇ ਲੈ ਕੇ ਜਾਣਾ, ਤੁਸੀਂ ਪਹੁੰਚਣਾ। ਇਸਰਾਇਲੀਆਂ ਨੂੰ ਕਿਹਾ, ਯਾਜਕਾਂ ਨੂੰ ਕਿਹਾ ਤੁਸੀਂ ਜਾਓ, ਮੰਡਲੀ ਨੂੰ ਕਿਹਾ ਕਿ ਯਾਜਕਾਂ ਦੇ ਵਿੱਚ ਔਰ ਮੰਡਲੀ ਦੇ ਦਰਮਿਆਨ 2000 ਹਾਥ ਯਾਨੀ ਕਿ 3000 ਫੁੱਟ ਦਾ ਫਾਸਲਾ ਹੋ। ਮੂਸਾ ਕੇ ਟਾਈਮ ਉਹਨਾਂ ਕੋ ਖੜਾ ਹੋਣਾ ਪੜਾ। ਸੁਣ ਰਹੇ ਹੋ ਇਹਦੇ ਟਾਈਮ ਕਿੰਨਾ ਨੂੰ ਇਸਰਾਇਲੀਆਂ ਨੂੰ ਕੀ ਹੋਣਾ ਪਿਆ? ਹੁਣ ਮੰਡਲੀ ਨਹੀਂ ਖੜੀ ਹੋਵੇਗੀ, ਹੁਣ ਉਹਨਾਂ ਤੋਂ ਪਹਿਲੇ ਜਾਗਰਤੀ ਹੋਣਗੇ, ਖੜੇ ਹੋਣਗੇ, ਕਿਉਂਕਿ ਇਹ ਭੇਦ ਦੀ ਗੱਲ ਹੈ। ਜਦੋਂ ਜਾਜਕ ਜਰਦਨ ਦੇ ਕੰਢਿਆਂ 'ਤੇ ਪਹੁੰਚ ਕੇ ਉਹਨਾਂ ਨੇ ਪਾਣੀਆਂ 'ਤੇ ਪੈਰ ਰੱਖ ਦਿੱਤੇ, ਹੁਣ ਜਾਜਕਾਂ ਵਿੱਚ ਅਤੇ ਮੰਡਲੀ ਦੇ ਵਿੱਚ 3000 ਹੱਥ ਦਾ ਫਾਸਲਾ, 2000 ਹੱਥ, 3000 ਫੁੱਟ ਦਾ। ਬੋਲੋ, ਮੰਡਲੀ ਦੇ ਪਹੁੰਚਣ ਤੋਂ ਪਹਿਲੇ, ਉੱਚੀ ਬੋਲੀਏ, ਹੋਰ ਉੱਚੀ ਬੋਲੀਏ, ਖੁਦਾ ਨੇ ਜਰਦਨ ਦੇ ਵਿੱਚ ਰਾਹ ਬਣਾ ਦਿੱਤਾ। ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਪੂਰੀ ਰਾਤ, ਇਹਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਿਆ, ਕਿਉਂਕਿ ਮੰਡਲੀ ਦੀ ਫਿਕਰ ਕਰਨ ਵਾਲੇ ਖੁਦਾ ਦੇ ਜਾਣਕ ਲੋਕ ਨੇ। ਅਗਰ ਜਰਦਨ ਮੇਂ ਖੜੇ ਹੋਗੇ, ਬਾਈਬਲ ਮੇਂ ਲਿਖਾ ਪੰਜਾਬੀ ਕੀ ਬਾਈਬਲ ਮੇਂ, ਉਹ ਕਟਾਈ ਦੇ ਟਾਈਮ ਨਦੀ ਹੜ ਜਾਂਦੀ ਸੀ, ਜਿਨਕੇ ਪਾਸ ਕਲਾਮ ਹੁੰਦਾ ਹੈ ਉਹਨਾਂ ਨੂੰ ਰੁੜਨ ਦੀ ਫਿਕਰ ਵੀ ਨਹੀਂ ਹੁੰਦੀ, ਕਿਉਂਕਿ ਉਦੋਂ ਅਹਿਲ ਦਾ ਸੰਦੂਕ ਨਹੀਂ ਸੀ ਮੂਸਾ ਦੇ ਵਕਤ ਜਦੋਂ ਸਮੁੰਦਰ ਪਾਰ ਕਰਨਾ। ਅੱਜ ਇਸਰਾਇਲੀਆਂ ਨੇ, ਅੱਜ ਇਸਰਾਇਲੀਆਂ ਨੇ ਉਹਨਾਂ ਦੇ ਜਾਣ ਤੋਂ ਪਹਿਲੇ ਖੁਦਾ ਨੇ ਪਾਣੀ ਚ ਰਾਹ ਬਣਾ ਦੇਣਾ, ਕਿਉਂਕਿ ਹੁਣ ਜਾਜਕਾਂ ਦੇ ਕੋਲ ਸੰਦੂਕ ਹੈ, ਹੁਣ ਜਾਜਕਾਂ ਦੇ ਕੋਲ ਸੰਦੂਕ ਵਿੱਚ ਰੱਖਿਆ ਹੋਇਆ ਕਲਾਮ ਹੈ। ਉਸ ਸੰਦੂਕ ਦੇ ਵਿੱਚ ਹਾਰੂਨ ਮਹਾਜਾਜਕ ਦੀ ਛੜੀ ਹੈ, ਉਸ ਸੰਦੂਕ ਦੇ ਵਿੱਚ ਸੋਨੇ ਦਾ ਇੱਕ ਡਿੱਬਾ ਹੈ, ਉਹਦੇ ਵਿੱਚ ਮੰਨਾ ਰੱਖਿਆ ਗਿਆ ਹੈ। ਜਾਜਕ ਖੜੇ ਨੇ ਔਰ ਪਿਛਲੇ ਪਾਣੀ ਪਿੱਛੇ ਖੜੇ ਹੋ ਗਏ ਔਰ ਉਹ ਖੁਸ਼ਕ ਜ਼ਮੀਨ ਸੇ ਗੁਜ਼ਰ ਗਏ ਔਰ ਯਹੋਸ਼ੂਆ ਨੇ ਕਿਹਾ, ਤਬ ਤੱਕ ਖੜੇ ਰਹਿਣਾ ਜਦ ਤੱਕ ਸਾਰਾ ਇਸਰਾਇਲ ਪਾਰ ਨਾ ਹੋ ਜਾਵੇ। ਚੇਲੇ ਵੀ ਫਿਕਰ ਕਰਦੇ ਸੀ। ਮਰਕਸ ਦੀ ਅੰਜੀਲ 4 ਬਾਪ ਉਹਦੀ 35 ਐਤ ਵਿੱਚ ਯਿਸੂ ਨੇ ਕਿਹਾ, ਉਹ ਪਾਰ ਚੱਲੀਏ, ਲਹਿਰਾਂ ਉੱਠੀਆਂ, ਤੂਫਾਨ ਆਇਆ। ਯਿਸੂ ਮਸੀਹ ਉਹਨਾਂ ਨੇ ਫਿਕਰ ਕੀਤੀ, ਅਸੀਂ ਕਿਤੇ ਹਲਾਕ ਨਾ ਹੋ ਜਾਈਏ, ਅਸੀਂ ਨਾਸ਼ ਨਾ ਹੋ ਜਾਈਏ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਉਹਨਾਂ ਨੇ ਯਿਸੂ ਨੂੰ ਜਗਾਇਆ। ਅਗਰ ਦੇ ਵਿੱਚ ਨੀਂਦ ਵਾਲਾ ਕੋਈ ਸਿਸਟਮ ਨਹੀਂ ਸੀ,
ਇਸ ਵਾਸਤੇ ਕਲੀਸੀਆ ਵਿੱਚ ਖੁਦਾ ਨੇ ਤੁਹਾਨੂੰ ਖਾਦਮ ਦਿੱਤੇ ਨੇ, ਇਹ ਤੁਹਾਨੂੰ ਜਗਾ ਕੇ ਰੱਖ ਲਿਆ। ਜਾਗੋ, ਦੁਆ ਕਰੋ, ਤੁਮ ਪਰਤਾਵੇ ਦੇ ਵਿੱਚ ਨਾ ਕਿਉਂਕਿ ਤੁਹਾਨੂੰ ਪਰਤਾਵਾ ਆਉਣ ਤੋਂ ਪਹਿਲੇ ਹੀ ਜਗਾ ਕੇ ਰੱਖਦੇ। ਉਸ ਤੋਂ ਬਾਅਦ ਲਾਸਟ ਕੈਦ ਪੜ੍ਹਨੀ ਹੈ, ਪਰ ਦੁਆ ਕਰਨੀ ਹੈ। ਔਰ ਪਹਿਲਾ ਪਤਰਸ ਉਸਦਾ 5 ਬਾਬ ਉਹਦੀ 7 ਆਇਤ ਹਿੰਦੀ ਚ ਵੀ ਪੜ੍ਹੀਏ, ਉਰਦੂ ਚ ਵੀ ਪੜ੍ਹੀਏ, ਪੰਜਾਬੀ ਚ ਵੀ ਪੜ੍ਹੀਏ, ਅਗਰ ਕਿਸੇ ਕੇ ਪਾਸ ਇੰਗਲਿਸ਼ ਵੀ ਬੈਬ ਹੈ ਤਾਂ ਉਹ ਵੀ ਪੜ੍ਹ ਸਕਦਾ ਹੈ। ਕਿਹਦੀ ਫਿਕਰ? ਉੱਚੀ ਬੋਲੋ। ਕਿਸੇ ਦੀ ਫਿਕਰ ਕਰੋਗੇ ਤੇ ਕੁਛ ਨਹੀਂ ਕਰੋਗੇ। ਆਪਣੀ ਫਿਕਰ ਜਿਹੜੀ ਤੁਹਾਰੇ ਪਾਸ ਹੈ, ਆਜ ਉਸ ਪਰ ਢਾਲ ਦੋ। ਪੜ੍ਹੀਏ, ਕਿਉਂਕਿ ਉਸ ਕੋ ਤੁਹਾਰੀ ਫਿਕਰ, ਜੇ ਤੁਹਾਡੀ ਕੋਈ ਫਿਕਰ ਕਰ ਸਕਦਾ। ਪੰਜਾਬੀ ਚ ਪੜ੍ਹੋ ਸੀ, ਆਪਣੀ ਸਾਰੀ ਚਿੰਤਾ ਉਹਦੇ ਉੱਤੇ ਕੀ ਕਰੋ, ਉਹਦੇ ਉੱਤੇ ਕਿਉਂ? ਪੜ੍ਹੀਏ, ਹਾਲੇਲੂਯਾ ਬੋਲੋ। ਖੁਦਾ ਕੇ ਤਾਲਬ, ਇਹਨਾਂ ਨੂੰ ਚਿੰਤਾ ਨਹੀਂ ਹੁੰਦੀ, ਇਹਨਾਂ ਨੂੰ ਫਿਕਰ ਨਹੀਂ ਹੁੰਦਾ। ਜ਼ਬੂਰ 34:10 ਵਿੱਚ ਲਿਖਿਆ, ਜੰਗਲ ਵਿੱਚ ਸ਼ੇਰ ਬੱਬਰ ਦੀ ਔਲਾਦ ਭੁੱਖੀ ਰਹਿ ਸਕਦੀ ਹੈ, ਲੇਕਿਨ ਖੁਦਾ ਦੇ ਤਾਲਬ ਕਦੇ ਭੁੱਖੇ ਨਹੀਂ ਰਹਿਣਗੇ। ਏਰੀਆ ਭਾਵੇਂ ਇਕੱਲਾ ਵੀ ਹੋਵੇ, ਉਹਦੇ ਵਾਸਤੇ ਰੱਬ ਉੱਥੇ ਵੀ ਖਾਣੇ ਨੂੰ ਮਹੱਈਆ ਕਰੇਗਾ। ਕਹਿੰਦੀ ਕੋਈ ਮੁੱਠੀ ਆਟਾ, ਏਰੀਆ ਕਹਿੰਦਾ ਤੇਰੀ ਸਮਝ ਚ ਹਾਲੇ ਨਹੀਂ ਆਏਗਾ ਕਿ ਮੈਨੂੰ ਰੱਬ ਨੇ ਕਲਾਇਆ ਤੇਰੇ ਵਾਸਤੇ ਕਲਾਇਆ। ਹਾਲੇ ਉਹਨੂੰ ਫਿਕਰ ਹੈ ਇੱਕੋ ਮੁੱਠੀ ਆਟਾ ਪਕਾਉਣਾ ਤੇ ਖਾਣਾ, ਤੇ ਮੈਂ ਤੇ ਇੱਕ ਛੋਟੀ ਜਿਹੀ ਮੰਨੀ ਬਣਨੀ ਹੈ, ਮੈਂ ਤੇ ਮੇਰੇ ਪੁੱਤਰ ਨੇ ਖਾਣੀ ਹੈ, ਤੇ ਖਾਣ ਤੋਂ ਬਾਅਦ ਆਪਾਂ ਮਰ ਗਏ। 3.5 ਸਾਲ ਤੱਕ ਮਟਕੀ ਚੋਂ ਆਟਾ ਨਹੀਂ ਖਤਮ ਹੋ ਗਿਆ, ਕੁੱਪੀ ਦਾ ਤੇਲ ਨਹੀਂ ਕੱਢਿਆ। ਜਿੱਥੇ ਰੱਬ ਦੇ ਸੰਤ ਦੇ ਪੈਰ ਆ ਜਾਣਗੇ, ਖੁਸ਼ਨਮਾ ਦੇ ਕਦਮ ਹੈ ਜੋ ਅੱਛੀ ਬਾਤੋਂ ਦੀ ਖਬਰ ਲੈਕਰ ਆਉਂਦੇ ਹਨ। ਅੱਜ ਆਪਣੀ ਸਾਰੀ ਚਿੰਤਾ ਉਹਦੇ ਵਿੱਚ ਰੱਖਣੀ ਹੈ, ਜਿਸ ਨੂੰ ਤੁਹਾਡੀ ਫਿਕਰ ਹੈ। ਅੱਖਾਂ ਬੰਦ ਕਰੀਏ, ਹੱਥ ਉਠਾ ਕੇ ਸਤਿ ਸ਼੍ਰੀ ਅਕਾਲ। ਉੱਚੀ ਬਾਣੀ ਨਾਲ ਤਾਰੀਫ ਕਰੋ। ਪ੍ਰੇਸ ਦਾ ਲਾਰਡ, ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਜਿਹੜੇ ਗੁਨਾਹ ਤੁਹਾਨੂੰ ਸਤਾਉਂਦੇ ਨੇ, ਤੁਸੀਂ ਫਿਕਰ ਨਾ ਕਰੋ। ਅੱਜ ਕਹਿ ਦੋ ਯਿਸੂ ਮਸੀਹ ਨੂੰ, ਇਹ ਮੇਰਾ ਫੋਸ, ਮੇਰਾ ਭਾਰ ਆਪਣੇ ਉੱਤੇ ਲੈ ਲੈ। ਉਸ ਨੂੰ ਤੁਹਾਡੀ ਫਿਕਰ ਹੈ, ਉਸ ਨੂੰ ਤੁਹਾਡੀ ਚਿੰਤਾ ਹੈ। ਹਾਲੇਲੂਯਾ, ਅਸੀਂ ਸਭ ਖੜੇ ਹੋ ਜਾਵਾਂਗੇ। ਅੱਜ ਜਿੰਨੇ ਵੀ ਨੌਜਵਾਨ ਲੜਕੇ ਲੜਕੀਆਂ, ਬਜ਼ੁਰਗ ਜਿੰਨੇ ਵੀ ਬਪਤਿਸਮੇ ਨੂੰ ਸਮਝਦੇ ਹਨ, ਔਰ ਉਹਨਾਂ ਨੂੰ ਅੱਜ ਹੀ ਬਪਤਿਸਮਾ ਲੈਣਾ ਜ਼ਰੂਰੀ ਹੈ। ਖੁਦਾ ਦੇ ਖਾਦਮਾਂ ਦੇ ਕੋਲੋਂ ਰਹਿਣਾ ਹੈ। ਇਸ ਵਾਸਤੇ ਅੱਜ ਵਕਤ ਖੁਦਾ ਨੇ ਤੁਹਾਨੂੰ ਦਿੱਤਾ,
ਔਰ ਉਹਨਾਂ ਸਭਨਾਂ ਦੇ ਲਈ ਵੀ ਬਪਤਿਸਮਾ ਲੈਣ ਵਾਲਿਆਂ ਦੇ ਲਈ ਹੱਥ ਉਠਾ ਕੇ ਤਾਰੀਫ ਕਰਾਂਗਾ। ਹਾਲੇਲੂਯਾ। ਉਹਨਾਂ ਸਭਨਾਂ ਦੇ ਲਈ ਦੁਆ ਕੀਤੀ ਜਾਏਗੀ ਜਿਹੜੇ ਅੱਜ ਤੋਂ ਆਪਣੀ ਫਿਕਰ ਪਰਮੇਸ਼ੁਰ 'ਤੇ ਰੱਖਣਗੇ। ਤੁਸੀਂ ਚਿੰਤਾ ਕਰਕੇ ਕੁਛ ਨਹੀਂ ਕਰ ਸਕਦੇ, ਫਿਕਰ ਕਰਕੇ ਕੁਛ ਨਹੀਂ ਕਰ ਸਕਦੇ। ਜਿਹੜਾ ਤੁਹਾਡੇ ਲਈ ਕਰ ਸਕਦਾ ਉਹਦੇ ਉੱਤੇ ਆਪਣੀ ਫਿਕਰ ਰੱਖ ਲਓ, ਹੱਥ ਉਠਾ ਕੇ ਤਾਰੀਫ ਕਰੋ। ਹਾਲੇਲੂਯਾ, ਹਾਲੇਲੂਯਾ। ਅੱਜ ਖੁਦਾ ਦੀ ਤੁਹਾਡੀ ਚਿੰਤਾ ਆਪਣੇ ਉੱਤੇ ਲੈ ਲਈਏ। 40 ਸਾਲ ਤੱਕ ਇਸਰਾਇਲ ਨੇ ਅਸਮਾਨੀ ਮੰਨਾ, ਖੁਦਾ ਨੇ ਉਹਨਾਂ ਨੂੰ ਫੜਾਇਆ। ਅਸੀਂ ਸੁਬਹਾ ਉੱਠਦੇ ਹਾਂ, ਸਾਡੇ ਉੱਠਣ ਤੋਂ ਪਹਿਲੇ ਖੁਦਾ ਨੇ ਰੋਟੀ ਦਾ ਇੰਤਜ਼ਾਮ ਕੀਤਾ ਹੁੰਦਾ। ਖੁਦਾ ਨੇ ਸਾਡੇ ਵਾਸਤੇ ਅਸਮਾਨ ਦੇ ਵਿੱਚ ਦਰਵਾਜ਼ੇ ਲਾ ਦਿੱਤੇ ਨੇ, ਕੋਈ ਮੰਗਣ ਵਾਲੇ ਨੇ, ਕੋਈ ਦੇਣ ਵਾਲੇ ਬਣ ਜਾਓਗੇ। ਖੁਦਾ ਪਹਿਲੇ ਦਿੰਦਾ, ਫਿਰ ਖੁਦਾ ਦਾ ਕਲਾਮ ਤੁਹਾਨੂੰ ਉਸ ਕਲਾਮ ਨੂੰ ਪੂਰਾ ਕਰਨ ਦੇ ਲਈ ਆਪਣਾ ਫਜ਼ਲ ਵੀ ਖੁਦਾ ਬਖਸ਼ਦਾ ਹੈ। ਜਿੰਨੇ ਚਾਹੁੰਦੇ ਹਨ ਸਾਡੇ ਲਈ ਦੁਆ ਕੀਤੀ ਜਾਏ, ਉਹ ਹੱਥ ਉਠਾਓ, ਉਹਨਾਂ ਲਈ ਦੁਆ ਕੀਤੀ ਜਾਏ। ਪਿਆਰੇ ਬਾਪ ਉਸਮਾਨੀ, ਖੁਦਾ ਦੀ ਸੁਨਾਸ ਲਈ ਅੱਜ ਜਿੰਨੀਆਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ, ਆਪਣੀ ਸਾਰੀ ਫਿਕਰ, ਆਪਣੀ ਸਾਰੀ ਚਿੰਤਾ ਆਏ ਖੁਦਾ ਜੈਸਾ ਉਹਨਾਂ ਭੈਣਾਂ ਦੇ ਲਈ ਉਹਨਾਂ ਦੀ ਜਾਨ ਤੋਂ ਪਹਿਲੇ ਪੱਥਰ ਹਟਾ ਦਿੱਤਾ ਸੀ। ਅੱਜ ਆਪਣੇ ਲੋਕਾਂ ਨੂੰ ਪਾਕ ਕਰਦੇ ਦੇ, ਤੇਰੇ ਲੋਕ ਬੜੀ ਤਾਕਤ ਨਾਲ ਕਹਿ ਸਕਦਾ ਹੇ ਬੜੇ ਪਹਾੜ, ਹੇ ਬੜੇ ਪਹਾੜ, ਤੂੰ ਕੀ ਆਏ ਖੁਦਾ ਤਾਕਤ ਆਪਣੇ ਲੋਕਾਂ ਨੂੰ ਸਮਰਥ ਦੇ ਦੇ, ਕੂਵਤ ਦੇ ਦੇ। ਤੇਰੇ ਲੋਕੋਂ ਕੇ ਆਗੇ ਜੇ ਪਹਾੜ ਵੀ ਵਿਨਾਨ ਹੋ ਜਾਏ, ਆਪਣੇ ਲੋਕਾਂ ਨੂੰ ਕੂਵਤ ਦੇ, ਕੂਵਤੇ ਜਲਾਲੀ ਦੇ, ਆਪਣੇ ਲੋਕਾਂ ਨੂੰ ਪਾਕ ਗੁਰੂ ਦੀ ਸਮਰਥ ਦੇ, ਆਪਣੇ ਲੋਕਾਂ ਨੂੰ ਆਪਣੇ ਕਲਾਮ ਦੇ ਖਜ਼ਾਨੇ ਬਣਾ ਦੇ। ਤੇਰੇ ਲੋਕਾਂ ਦੇ ਵਿੱਚੋਂ ਕਲਾਮ ਨਿਕਲੇ, ਤੇਰੇ ਲੋਕਾਂ ਦੇ ਵਿੱਚੋਂ ਤੇਰੇ ਵਚਨ ਸਾਬਤ ਹੋਣ, ਤੇਰੇ ਲੋਕਾਂ ਦੇ ਵਿੱਚੋਂ ਤੇਰੀ ਆਤਮਾ ਦੀ ਤਾਕਤ ਸਾਬਤ ਹੋਵੇ, ਤੇਰੇ ਵਿੱਚੋਂ ਤੇਰਾ ਕਲਾਮ ਖੁਦਾ ਯਾਰ ਹੋ। ਅੱਜ ਬਪਤਿਸਮਾ ਲੈਣ ਵਾਲਿਆਂ ਨੂੰ ਖੁਦਾ ਦੀ ਬਰਕਤ ਦੇ। ਮੰਗਦੇ ਹਾਂ ਤੇਰੇ ਬੇਟੇ ਆਪਣੇ ਖੁਦਾ ਦੀ ਇਸ ਮਸੀਹ ਦੇ ਨਾਮ ਚ। 4 ਵਜੇ ਦੀ ਪਵਿੱਤਰ ਆਤਮਾ ਦੀ ਮੀਟਿੰਗ ਦੀ ਤਾਰੀਫ ਕਰਾਂਗੇ। ਸ਼ਾਮ 7 ਵਜੇ ਬਿਮਾਰੋਂ ਕੀ ਸ਼ਿਫਾ ਕੇ ਲਈ ਇਬਾਦਤ, ਉਹਦੇ ਦੀ ਤਾਰੀਫ ਕਰਾਂਗੇ। ਸੁਬਹਾ 4 ਵਜੇ ਦੀ ਪ੍ਰੇਸ਼ਨ ਤਾਰੀਫ ਦੀ ਮੀਟਿੰਗ ਦੀ ਤਾਰੀਫ ਕਰਾਂਗੇ। ਕੱਲ ਸਿਸਟਰ ਐਸਟਰ, ਜਿਹੜੀ ਸਭ ਤੋਂ ਸਾਡੀ ਛੋਟੀ ਭੈਣ ਹੈ, ਉਹ ਭੈਣਾਂ ਦੀ ਮੀਟਿੰਗ ਸੁਬਹਾ 8 ਵਜੇ ਤੋਂ 9 ਵਜੇ ਤੱਕ ਇਹਦੇ ਲਈ ਤਾਰੀਫ ਕਰਾਂਗੇ।
10 बजे इस कन्वेंशन की लास्ट इबादत शुरू होगी। कल 10 बजे इस कन्वेंशन की लास्ट इबादत ले तारीफ करेंगे। हालेलुया। अब हमारे खुदा ने यीशु मसीह का फजल, खुदा बाप की मोहब्बत, रूहुल कुद्दस की रफाकत और शराकत हुन टोल के सब ईमानदारों पर, आपसे लेकर मुकद्दसों पर, आपसे लेकर हमेशा हमेशा तक होती रहे। आमीन। हालेलुया। सबना गुजारिश की खुदा आप सबको बरकत दे।